ਉਹ ਕਹਿੰਦੇ ਨੇ ਜੀ ਉਹ ਤਾਂ ਦੋ ਹੈ ਹੀ ਸੀ ਜਿਨ੍ਹਾਂ ਨੇ ਹਮਲਾ ਕੀਤਾ, ਕਿੰਨੇ ਅਸੀਂ ਹੋਰ ਦੇਖੇ ਨੇ ਕਿ ਬਾਈ ਘੱਟੋ ਘੱਟ 5 ਹੋਰ ਜਿਹੜੇ ਨੇ ਉਹ ਆਏ ਹੈ। ਔਰ ਇਹਦੇ 'ਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਭਾਈ ਮੈਂ ਆਪਣੀਆਂ ਡੀਸੀ ਹੋਏਗਾ ਓਬਵੀਅਸਲੀ ਇਨ ਐਕਸਾਈਜ਼ ਆਫ ਪਾਵਰਸ ਵੈਸਟਡ ਟੂ ਮੀ ਅੰਡਰ ਸੈਕਸ਼ਨ 144 ਆਫ ਕ੍ਰਿਮੀਨਲ ਪੀਨਲ ਕੋਡ, ਇਹ ਬੈਨ ਇਜ਼ ਇੰਪੋਜ਼ਡ ਔਨ ਸਟੋਰੇਜ, ਸੇਲ, ਪੋਜੈਸ਼ਨ, ਯੂਜ ਐਂਡ ਟਰਾਂਸਪੋਰਟ ਆਫ ਐਨੀ ਡਰੋਨ ਔਰ ਸਮਾਲ ਫਲਾਇੰਗ ਓਬਜੈਕਟਸ ਕੌਮਾ ਟੋਇਜ਼। ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਕੋਲ ਇਸ ਕਿਸਮ ਦੇ ਗੈਜਟਸ ਹੈਗੇ ਨੇ ਉਹਨਾਂ ਨੂੰ ਉਹ ਡਿਪੋਜ਼ਿਟ ਕਰਾ ਦਿਓ ਫੋਰਨ ਲੋਕਲ ਪੁਲਿਸ ਸਟੇਸ਼ਨ, ਪ੍ਰੋਪਰ ਰਸੀਦ ਲੈ ਕੇ ਆਓ। ਉਹਨੇ ਕਿਹਾ ਜੀ ਜਿਹੜੇ ਇਹਨੂੰ ਨਹੀਂ ਫੋਲੋ ਕਰਨਗੇ ਉਹਨਾਂ ਦੇ ਉੱਤੇ ਅਸੀਂ ਸਖਤ ਕਾਰਵਾਈ ਕਰਾਂਗੇ। ਜੇ ਕੋਈ ਵੱਡੇ ਸਾਈਜ਼ ਦਾ ਮੱਛਰ, ਇਹ ਤਾਂ ਮੱਛਰ ਦੇ ਉੱਤੇ ਆਪਣਾ ਚਾੜ ਦੇਣਗੇ ਉਹਨੂੰ ਫੋਲੋ ਕਰਨ ਲਈ, ਮੋਟੀਆਂ ਮੋਟੀਆਂ ਮੱਖੀਆਂ ਭੂੰਡ ਉਹਨਾਂ ਦਾ ਕੀ ਕਰਨਗੇ, ਇਨਸੈਕਟਸ ਨੂੰ ਵੀ ਪਾਬੰਦੀ ਲਾਉਣਗੇ। ਹੁਣ ਇਹ ਇਸ ਕਿਸਮ ਦੀ ਡਰਾਮੇਬਾਜ਼ੀ ਕਰ ਰਹੇ ਨੇ, ਪਰ ਗਰਾਊਂਡ ਦੇ ਉੱਤੇ 3 ਮਿਲੀਟੈਂਟਸ ਕਿਲਡ ਇਨ ਐਨਕਾਊਂਟਰ ਵਿਦ ਸਿਕਿਉਰਿਟੀ ਫੋਰਸਿਸ ਇਨ ਜੰਮੂ ਐਂਡ ਕਸ਼ਮੀਰ ਕੁਲਗਾਮ, ਦਾ ਗਨ ਬੈਟਲ ਬਿਟਵੀਨ ਮਿਲੀਟੈਂਟਸ ਐਂਡ ਸਿਕਿਉਰਿਟੀ ਫੋਰਸਿਸ ਸਟਾਰਟਡ ਐਟ ਚਿਮਰ ਵਿਲੇਜ ਡਿਊਰਿੰਗ ਅ ਕੋਆਰਡੀਨੇਟ ਸਰਚ ਆਪਰੇਸ਼ਨ। ਵਿਊਅਰਸ ਵੈਲਕਮ ਬੈਕ ਟੂ ਆਰ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜ਼ਿਲ੍ਹੇ ਵਿੱਚ ਡਰੋਨਸ ਅਤੇ ਹਰ ਕਿਸਮ ਦੇ ਉੱਡਣ ਵਾਲੇ ਖਿਡੌਣਿਆਂ ਦੀ ਜਿਹੜੀ ਪਾਬੰਦੀ ਹੈ ਉਹ ਲਗਾ ਦਿੱਤੀ ਹੈ। ਸੋ ਵਿਊਅਰਸ, ਹੁਣ ਵੇਖਣਾ ਇਹ ਹੈ ਕਿ ਆਪਣੀ ਕਰਤੂਤ ਤੋਂ ਆਪ ਹੀ ਡਰੀ ਹੋਈ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹ ਜੰਮੂ ਕਸ਼ਮੀਰ ਵਿੱਚ ਮੱਖੀਆਂ ਮੱਛਰਾਂ ਦੇ ਉੱਡਣ 'ਤੇ ਵੀ ਪਾਬੰਦੀ ਆਇਦ ਕਰੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਖਬਰ ਵੈਸੇ ਫਨੀ ਵੀ ਹੈ ਔਰ ਇਹ ਵੀ ਦੱਸਦੀ ਹੈ ਕਿ ਭਾਈ ਤੁਸੀਂ ਆਪ ਹੀ ਕੋਈ ਸਿਚੁਏਸ਼ਨ ਕ੍ਰੀਏਟ ਕਰਦੇ ਹੋ, ਫਿਰ ਖੁਦ ਹੀ ਡਰੀ ਵੀ ਜਾਂਦੇ ਹੋ। ਔਰ ਇਹ ਖਬਰ ਜਿਹੜੀ ਸਾਰੇ ਉਹਨਾਂ ਦੇ ਨੈਸ਼ਨਲ ਮੀਡੀਆ ਨੇ ਚਲਾਈ ਹੈ, ਡਰੋਨਸ ਫਲਾਇੰਗ ਓਬਜੈਕਟਸ ਬੈਂਡ ਇਨ ਜੰਮੂ ਐਂਡ ਕਸ਼ਮੀਰ ਰਾਜੌਰੀ ਡਿਸਟ੍ਰਿਕਟ। ਹੁਣ ਇਸ ਖਬਰ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਜਦੋਂ ਮੈਂ ਇਹ ਖਬਰ ਪੜ੍ਹੀ ਤਾਂ ਇੱਕਦਮ ਇੱਕ ਘਟਨਾ 1992-93 ਦੇ ਦੌਰ ਦੀ, ਜਦੋਂ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਯੋਧਿਆਂ ਦਾ ਰਾਜ ਸੀ, ਪੁਲਿਸ CRPF ਵੀ ਉਹਨਾਂ ਨੂੰ ਟੈਕਸ ਦਿੰਦੀ ਸੀ ਔਰ ਉਹਨਾਂ ਦੀ ਹਿੰਮਤ ਨਹੀਂ ਸੀ ਕਿ ਭਾਈ ਉਹਨਾਂ ਸਰਕਾਰ ਸੀ ਦੂਜਿਆਂ ਦੀ ਲੇਕਿਨ ਹੁਕਮ ਸਿੰਘਾਂ ਦਾ ਚੱਲਦਾ ਸੀ। ਉਸ ਦੌਰ ਦੇ ਵਿੱਚ ਇਹਨਾਂ ਦੇ ਹੈਲੀਕਾਪਟਰ ਹਵਾ ਦੇ ਵਿੱਚ ਦੇਖਦਿਆਂ ਮੋਨੀਟਰ ਵੀ ਕਰਦੇ ਸੀ ਥੱਲੇ ਕੀ ਐਕਟੀਵਿਟੀ ਚੱਲ ਰਹੀ ਹੈ, ਔਰ ਉਹਨਾਂ ਨੇ ਥੱਲੇ ਵਾਇਰਲੈਸ ਉੱਤੋਂ ਕੀਤੀ ਜਹਾਜ਼ ਤੋਂ ਕਿ ਭਾਈ ਫਲਾਂ ਪਿੰਡ ਦੇ ਵਿੱਚ 2 ਤੋਪਾਂ ਜਿਹੜੀਆਂ ਨੇ ਉਹ ਇੱਕ ਗੰਦ ਉਹ ਬੀੜੀਆਂ ਹੋਈਆਂ ਨੇ ਔਰ ਉਹ ਜਿਹੜਾ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦੀਆਂ, ਫੌਰਨ ਜਾਓ। ਪੂਰੀ ਮਿਲਟਰੀ, ਸਿਕਿਉਰਿਟੀ, ਪੁਲਿਸ ਦੂਜੇ ਤੀਜੇ ਉਹਨਾਂ ਨੇ ਪਿੰਡ ਦਾ ਕੋਨਾ ਕੋਨਾ ਛਾਨ ਮਾਰਿਆ। ਉਹ ਕਹਿਣ ਕਿ ਜੀ ਇੱਥੇ ਕੋਈ ਤੋਪ ਕੁਛ ਨਹੀਂ, ਉਹ ਕਹਿਣ ਕੀ ਹੈ। ਫਿਰ ਉਹਨਾਂ ਨੇ ਜਿਵੇਂ ਵੀ ਉਹ ਸੀ ਮੂਵਮੈਂਟ, ਉਹਨਾਂ ਨੇ ਕਿਹਾ ਜੀ ਅਸੀਂ ਮੂਵ ਕਰਦੇ ਹਾਂ, ਤੁਸੀਂ ਲੋਕੇਸ਼ਨ ਦੱਸੋ। ਉਹ ਜਦੋਂ ਤੱਕ ਉਸ ਇੱਕ ਘਰ ਦੇ ਬਾਹਰ ਪਹੁੰਚੇ ਔਰ ਉਹਦੇ ਬਾਹਰ ਉਹ ਗੱਡਾ ਚਲਾਉਣ ਵਾਲਾ ਬੰਦਾ ਸੀ, ਗੱਡਾ ਲੈ ਕੇ ਜਾਂਦਾ, ਅਤੇ ਉਹਨੇ ਉਹ ਜਿਹੜਾ ਹੈ 2 ਵੱਡੇ ਉਸਦੇ ਉਹ ਤਾਂ ਨੂੰ ਕੀਤੇ ਹੋਏ ਸੀਗੇ, ਜਿਹੜਾ ਉਹ ਗੱਡਾ ਉਹਨੂੰ ਜੋੜਨ ਤੋਂ ਅਣਜੋੜਿਆ ਕੀਤਾ ਹੋਇਆ ਸੀ। ਔਰ ਉਹ ਹੁਣ ਉੱਤੇ ਜਦੋਂ ਇਵੇਂ ਉਹ ਡੰਡੇ ਨੇ ਉਹ ਨਜ਼ਰ ਆ ਰਹੇ ਨੇ ਉੱਤੋਂ ਉਹਨਾਂ ਨੂੰ ਕਿ ਤੋਪਾਂ ਬੀੜੀਆਂ ਹੋਈਆਂ, ਔਰ ਉਹ ਵੀ ਪੁਲਸੀਆ ਵੀ ਹੱਸਦਾ। ਔਰ ਇਹ ਇਨਫੈਕਟ ਇਸ ਘਟਨਾ ਨੂੰ ਫਿਲਮਾਇਆ ਵੀ ਗਿਆ ਕਿ ਭਾਈ ਇਹ ਹੁੰਦਾ ਫੀਅਰ ਕਿ ਉਹ ਇੱਕ ਸਧਾਰਨ ਜਿਹੜਾ ਉੱਪਰ ਨੂੰ ਪੁਆਇੰਟ ਆਊਟ ਕਰਦੀ ਲੱਕੜ ਹੈ ਉਹ ਵੀ ਉਹਨਾਂ ਨੂੰ ਤੋਪ ਨਜ਼ਰ ਆਉਂਦੀ ਹੈ। ਹੁਣ ਇਹੀ ਹਾਲ ਔਰ ਇਹ ਖਬਰ ਕਿ ਰਾਜੌਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਬੈਨ ਕਰ ਦਿੱਤੀ ਹੈ ਪੋਜੈਸ਼ਨ ਆਫ ਫਲਾਇੰਗ ਓਬਜੈਕਟਸ ਐਜ਼ ਐਟ ਲੀਸਟ 5 ਸੋਰਟਿਸ ਆਫ ਡਰੋਨਸ ਅਰਾਊਂਡ ਦਾ ਸਿਕਿਉਰਿਟੀ ਇੰਸਟਾਲੇਸ਼ਨ ਇਨ ਜੰਮੂ ਸਿੰਸ June 27, ਇੰਕਲੂਡਿੰਗ IAF ਟੈਕਨੀਕਲ ਏਅਰਪੋਰਟ ਰੀਸੈਂਟਲੀ ਹੈਵ ਦਾ ਸਿਕਿਉਰਿਟੀ ਏਜੰਸੀਜ਼ ਔਨ ਦਾ ਟੈਂਟਰ ਹੁੱਕਸ ਇਨ ਜੰਮੂ ਐਂਡ ਕਸ਼ਮੀਰ। ਉਹ ਕਹਿੰਦੇ ਨੇ ਜੀ ਉਹ ਤਾਂ 2 ਹੈ ਹੀ ਸੀ ਜਿਨ੍ਹਾਂ ਨੇ ਹਮਲਾ ਕੀਤਾ, ਕਿੰਨੇ ਅਸੀਂ ਹੋਰ ਦੇਖੇ ਨੇ ਕਿ ਭਾਈ ਘੱਟੋ ਘੱਟ 5 ਹੋਰ ਜਿਹੜੇ ਨੇ ਉਹ ਆਏ ਹੈ। ਔਰ ਇਹਦੇ 'ਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਭਾਈ ਮੈਂ ਆਪਣੀਆਂ ਡੀਸੀ ਹੋਏਗਾ ਓਬਵੀਅਸਲੀ ਇਨ ਐਕਸਾਈਜ਼ ਆਫ ਪਾਵਰਸ ਵੈਸਟਡ ਟੂ ਮੀ ਅੰਡਰ ਸੈਕਸ਼ਨ 144 ਆਫ ਕ੍ਰਿਮੀਨਲ ਪੀਨਲ ਕੋਡ, ਇਹ ਬੈਨ ਇਜ਼ ਇੰਪੋਜ਼ਡ ਔਨ ਸਟੋਰੇਜ, ਸੇਲ, ਪੋਜੈਸ਼ਨ, ਯੂਜ਼ ਐਂਡ ਟਰਾਂਸਪੋਰਟ ਆਫ ਐਨੀ ਡਰੋਨ ਔਰ ਸਮਾਲ ਫਲਾਇੰਗ ਓਬਜੈਕਟਸ ਕੌਮਾ ਟੋਇਜ਼। ਤੁਸੀਂ ਟੋਏ ਵੀ ਨਹੀਂ ਜਿਹੜਾ ਉਹ ਹੁਣ ਜਿਹੜਾ ਨਿੱਕੇ ਜਿਹੇ ਹੁੰਦਾ ਹੈਲੀਕਾਪਟਰ ਐਂ ਘੁੰਮ ਰਿਹਾ ਉਹ ਵੀ ਤੁਹਾਡੇ ਕੋਲ ਹੈ, ਤੁਹਾਨੂੰ ਚੁੱਕ ਕੇ ਅੰਦਰ ਦੇਣਗੇ ਵੀ ਤੁਸੀਂ ਤਾਂ ਹਮਲਾ ਕਰਨਾ ਸੀ ਉਹ ਸਾਰੇ ਦੇ ਉੱਤੇ।
ये डिप्टी कमिश्नर जनाब राजेश कुमार सावन ने और नाल दी नाल उन्होंने कहा भी जिन्हों के कोल इस किस्म के गैजट्स हैगे ने उन्होंने वो डिपोजिट करा दौ फॉरन लोकल पुलिस स्टेशन प्रॉपर रसीद लैके आओ और ये जी है उन्होंने कहा जी जो गवर्नमेंट हूँ अजक ड्रोन तो मैपिंग दे लई सर्वे दे लई फोटोग्राफी लई सर्वेंस लई हर चीज़ लई यूज होंगे ने वो कहते हैं वो सानू एग्जैक्टिव मजिस्ट्रेट परमिशन देगा और उन्होंने मोनीटर करेगा उन्होंने कहा जी जे नहीं फॉलो करे उन्होंने उत्ते असी सख्त कार्रवाई करांगे सो मेरे मन च आया कि भाई ये तो होया जे कोई वड्डे साइज का मच्छर ये तो मच्छर दे उत्ते अपना चाड़ देंगे उन्होंने फॉलो करने लई मोटिया मोटिया मक्खियां भूंड उन्होंने की करे इनसैक्ट्स भी पाबंदी लाएंगे हूँ ये भी हो सकता है भी हूँ इन्ना फाइन अजक प्लास्टिक दे भी बन गए हुए ने वैपन जड़े और वो उदेश ही फिट करके किसी इनसैक्ट के उत्ते ही छाड़ देन फिर तो कां तोते दूजे हर फ्लाइंग ऑब्जैक्ट जड़ा है वो इन्हां दी पैरीफरी तो बाहर होएगा हालां ये इस किस्म की ड्रामेबाजी कर रहे हैं पर ग्राउंड के उत्ते 3 militants किल्ड इन एनकाउंटर विद सिक्योरिटी फोर्सिज इन जम्मू एंड कश्मीर कुलगाम द गन बैटल बिटवीन मिलीटेंट्स एंड सिक्योरिटी फोर्सिज स्टार्टेड एट चिमर विलेज ड्यूरिंग ए कोऑर्डिनेट सर्च ऑपरेशन ये 100% फेक एनकाउंटर है चुके घरों मारे ने सो वो अपने काम लगे हुए ने एक पास उन्होंने फीयर जहा क्रिएट किया और ये जड़ा एनकाउंटर है ये बनाया जाता है और दूसरे पास हूँ भावें गुपकार अलायंस वाले वो 14 लीडर गए फिर उन्होंने रखा जी वापस आके असी देखांगे भी गलबात किवें रही उन्होंने जड़ी अपनी मीटिंग सी रखी हुई मंगलवार की वो भी उन्होंने पोस्टपोन की और किवें ये सारा ड्रामा है इन्हों का एक ओपन लैटर रिटायर्ड IPS अफसर जोड़े सारे ही गुजरात और दूजे ओरिजन के ने उन्होंने मोदी को लिखा इन ओपन लैटर ग्रुप ऑफ रिटायर्ड IPS ऑफिसर्स लॉर्ड्स सेंटर्स कश्मीर इनिशिएटिव हाईलाइट सेंट्रल गवर्नमेंट्स अचीवमेंट इन जम्मू एंड कश्मीर हूँ ये सारा OPR जो तुम कुल मिला के देखोगे हर घटना एक दूजे नाल जुड़ी हुई है और उन्होंने कहा कि जी ये बहुत वड्डा काम किया लैंडिंग सपोर्ट टू गवर्नमेंट्स डिसीजन ऑफ एब्रोगेटिंग स्पैशल स्टेटस ऑफ आर्टिकल 370 इन्होंने कहा कि भी हूँ जो जम्मू कश्मीर इंटैग्रल पार्ट बन गया यूनियन ऑफ इंडिया का इट इज़ ए मैटर ऑफ नैशनल प्राइड दैट ओवर दीज ईयर सेंट्रल गवर्नमेंट ट्राइड ऑल मीनस पॉसीबल टू अचीव दिस ओबजैक्टिव और इन सारे जो ना देखते हो तो फिर वो सारे ही जड़े ने ग्रुप के फार्मर UP का DGP विक्रम सिंह है जम्मू कश्मीर का सबका DGP SP वैद है सबका CBI डायरैक्टर प्रकाश है और ये जड़े ने बद्री प्रसाद गीता जौहरी अरविंद मैं ही देख रहा मैं कि कोई पंजाब का घट्टो घट कोई सिख नहीं है लेकिन ये सारे ही जड़े ने वधाइया दे रहे हैं कि जी तुम बहुत वधिया इनिशिएटिव की सो ये मीटिंग भी PR है और नाल दी नाल ये सारा जड़ा ड्रोन अटैक्स का एक प्रोपेगेंडा और कश्मीर वादी च जड़ा जिस किस्म का इन्होंने माहौल सिखा और मुसलमाना दे विच टकरा दा सिरजिया ये सारी अजीत डोवल की उस खूनी खेड का हिस्सा ही है और आने वाले पीरियड से खूनी खेड होर भी खूनी होएगी नो डाउट जी डॉक्टर साहब थोड़ा बहुत बहुत शुक्रिया सो फिर लेने ब्रेक व्यूअर्स तो सारा इसी तरह बने रहना मिलते हैं छोटे जे ब्रेक तो बाद